ਸੇ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਹਾਂਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੁੰਨ ਬਾਲੇ ਬੰਦੇ ਦੁਆ ਹੱਥਾ, ਬੋਲਿਓ ਬਚਨ ਸੁਣੋ ਮਮ ਨਾਥਾ। ਭਇਓ ਹਦੂਰ ਜਿਤੋ ਇਤਿਹਾਸਾ, ਸੋ ਵਰਨਨ ਕੀਨੋ ਤੁਦ ਪਾਸਾ। ਪੁੰਨ ਬਾਲੇ ਬੰਦੇ ਦੁਆ ਹੱਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਅੰਤਰਜਾਮੀ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਹਾਜ਼ਰਾ ਹਜ਼ੂਰ ਗੁਰੂ, ਸਰਬ ਕਲਾ ਭਰਪੂਰ, ਅੰਤਰਜਾਮੀ, ਸੁੱਖਾਂ ਦੇ ਸਾਗਰ, ਵਾਹਿਗੁਰੂ, ਅਕਾਲ ਪੁਰਖ, ਸਵਰੂਪ, ਸੱਚੇ ਪਾਤਸ਼ਾਹ, ਧੰਨ 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 ਸਤਿਗੁਰੂ, ਗਰੀਬ ਨਵਾਜ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ, ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ, ਸਤਿਗੁਰੂ ਜੀ ਦਾ ਮਹਾਨ ਪਵਿੱਤਰ ਇਤਿਹਾਸ ਆਪਾਂ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹਾਂ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਰਹਿਣ ਵਾਲੇ ਲਗਭਗ 50 ਸਾਲਾਂ ਤੋਂ ਵੱਧ ਸਮਾਂ ਨਾਲ ਰਹਿਣ ਵਾਲੇ ਧੰਨ ਧੰਨ ਭਾਈ ਬਾਲਾ ਜੀ, ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ। ਸੱਚੇ ਪਾਤਸ਼ਾਹ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਹੈ, ਮਹਾਰਾਜ ਆਪ ਕਿਰਪਾ ਕਰੋ, ਹੁਣ ਮੈਨੂੰ ਆਪਣੇ ਨਗਰ ਵਿੱਚ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਕੋਲੋਂ ਜਿੰਨੀਆਂ ਭੁੱਲਾਂ ਹੋਈਆਂ ਨੇ ਉਹ ਭੁੱਲਾਂ ਦੀ ਮੈਨੂੰ ਮਾਫ਼ੀ ਬਖਸ਼ਿਸ਼ ਕਰ ਦਿਓ ਅਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਕਿਰਪਾ ਕਰੋ, ਮੈਨੂੰ ਆਪਣਾ ਸੇਵਕ ਸਮਝ ਕੇ ਕਦੀ ਕਦੀ ਯਾਦ ਕਰ ਲਿਆ ਕਰਿਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਨੂੰ ਬਹੁਤ ਉੱਤਮ ਬਚਨ ਮਹਾਰਾਜ ਸੁਣਾਉਂਦੇ ਹੈ। ਮਹਾਰਾਜ ਕਹਿਣ ਲੱਗੇ, ਬਾਲੇ ਤੁਸੀਂ ਸਾਡੇ ਸਦਾ ਹੀ ਹਿਰਦੇ ਵਿੱਚ ਹੋ, ਤੁਸੀਂ ਸਾਡੇ ਨਾਲ ਰਹਿ ਕੇ ਬੜੀ ਸੇਵਾ ਕੀਤੀ ਹੈ, ਸੱਤ ਭਜਨ ਕਰਕੇ ਤੁਸੀਂ ਸਾਡੇ ਨਾਲ ਰਹੇ ਹੋ, ਤੁਸੀਂ ਹੁਣ ਭਾਵੇਂ ਪਿੰਡ ਵਿੱਚ ਰਹੋ ਜਾਂ ਇੱਥੇ ਰਹੋ, ਤੁਸੀਂ ਸਾਡੇ ਹਿਰਦੇ ਵਿੱਚ ਹੋ। ਇਸ ਲੋਕ ਵਿੱਚ ਵੀ ਜਿੱਥੇ ਤੁਸੀਂ ਸਾਡੇ ਨਾਲ ਸੇਵਾ ਕੀਤੀ ਹੈ, ਪਰਲੋਕ ਵਿੱਚ ਵੀ ਅਸੀਂ ਇਕੱਠੇ ਰਹਾਂਗੇ। ਐਸੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ। ਭਾਈ ਬਾਲਾ ਜੀ ਨੂੰ ਬੜੀ ਵੱਡੀ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਉਹਦੇ ਤੋਂ ਬਾਅਦ ਆਪ ਜੀ ਨੇ ਸਰਵਣ ਕੀਤਾ ਸਾਧ ਸੰਗਤ ਜੀ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ, ਮਹਾਰਾਜ ਮੈਂ ਫਿਰ ਆਪਣੇ ਪਿੰਡ ਤਲਵੰਡੀ ਵਿੱਚ ਚਲੇ ਗਿਆ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ। ਭਾਈ ਬਾਲਾ ਜੀ ਨੂੰ ਮਹਾਰਾਜ ਨੇ ਪਹਿਲਾਂ ਹੀ ਦੱਸ ਦਿੱਤਾ ਸੀਗਾ, ਆਉਣ ਵਾਲੇ ਸਮੇਂ ਵਿੱਚ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲੇਗੀ। ਅਜੇ ਉਸ ਸਮੇਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ
गुरु घर विच सेवक बन के नहीं सन आए, अजे वो अपने नगर विच ही सन। सो महाराज गरीब नवाज सच्चे पातशाह जी भाई बाला जी नूं बख्शिशां नाल नवाजदे आ। भाई बाला जी फिर रहे ते साध संगत जी तलवंडी विच, पर तलवंडी विच उहनां दा शरीर ही चल के आया। आत्मा ते सदा ही गुरु नानक साहब जी नूं चेते करती रहिंदी है, गुरु नानक साहब जी दे चरणां विच रहिंदी है। जिहड़े गुरमुख हुंदे आ शरीर उहनां दा किते भी होवे, मन ध्यान हिरदा सदा उन्हां दा गुरु साहब जी नूं चेते करता रहिंदा है जी। धन गुरु नानक देव महाराज सच्चे पातशाह फिर मुड़ शरीर त्यागया। महाराज मैनू जदों पता लगा तुसीं गुरता गद्दी ते बैठे, मैं उस वेले ही तुहाडे दर्शन करन पहुंचिया हाँ। महाराज सच्चे पातशाह गुरु अंगद देव जी ने भाई बाला जी की बड़ी वडियाई की। महाराज गुरु अंगद देव महाराज जी नूं भाई बाला जी कहिंदे, महाराज मेरे वास्ते तुसीं गुरु नानक साहब ही हो। महाराज मेरे को बड़िया ही भुल्लां हुंदियां, तुसीं मेरियां भुल्लां बख्श दिओ। दास जान के सेवक जान के ये कथा की वडियाई तुसीं मैनूं बख्शिश कीती है। महाराज सच्चे पातशाह गुरु अंगद देव साहब जी भाई बाला जी नूं कहण लगे, बाला जी साडे वास्ते ते तुसीं गुरु नानक साहब जी दा ही रूप हो। हुण इह अत कथनी नहीं हैगी, सतगुरु जी की बाणी का प्रमाण सुन लो, हर का सेवक हर ही देहा। रब का सेवक रब वर्गा ही हुंदा साध संगत जी। गुरु नानक साहब जी का सेवक महाराज गुरु अंगद साहब कहिंदे, तुसीं साडे वास्ते गुरु नानक साहब ही हो। सुन बाले श्री गुरसम तुम हो, धन धन पुन धन जन्म हो, तुहाडा जन्म धन है। फिर महाराज ने कथा की बड़ी वड्डी वडियाई सच्चे पातशाह जी ने की। महाराज कहिंदे, भाई बाला जी ये जिहड़ी कथा तुसीं सानू सुनाई है, कोई भी इस कथा नू प्यार दे नाल सुनेगा चार पदार्थां दी प्राप्ति होएगी उन्हों, मन इच्छे फल मिलणगे। इहो जी कोई दुर्लभ वस्तु संसार विच नहीं होवेगी जिहड़ी मेरे गुरु नानक साहब जी की कथा सुन के नहीं मिलेगी। सो संगत जी अपने आस पास दियां सिखां नू होरनां नू आख्या करो, जिन्हां ने अजे तक गुरु नानक साहब जी की यह कथा नहीं सुनी, जिन्ना प्रसंग रह गया वह सुन लैन जी, वह सुन लैन जी, गुरु जी की वड्डी वड्याई सरवण कर लैन। इस तरीके नाल भाई बाला जी ते गुरु अंगद देव साहब सच्चे पातशाह महाराज बैठे है। धन गुरु नानक साहब महाराज जी के चरणों में श्रद्धा वधेगी, प्यार वधेगा जेड़ा साध संगत जी ये कथा सरवण करेगा। हुण इहदे तो अगे आपां कथा सरवण करिए जी, प्यार सत्कार नाल गज के आखो, सतनाम श्री वाहे गुरु साहिब जी। श्री वाहिगुरु साहिब जी। पुन बाले बंदे द्वै हाथा। ते हुण भाई बाला जी ने धन गुरु नानक वाहिगुरु धन गुरु अंगद देव महाराज जी दे अगे हाथ जोड़ ले जी। साध संगत जी भाई बाला जी गुरु नानक साहब जी तो भी शरीरक तौर ते उम्र विच वड्डे सन, 2-3 साल उम्र विच महाराज सच्चे पातशाह तो वड्डे सन। सो हुण गुरु अंगद देव महाराज जी दे अगे हाथ जोड़े भाई बाला जी ने। बोलियो बचन सुनो मम नाथा। हे मेरे नाथ जी, हे मेरे मालिक जी, महाराज आप मेरी बेनती सुनो। पायो हदूर जितो इतिहासा। महाराज मेरे सामने सामने जो गुरु नानक साहब जी दे जीवन विच वापरिया, जो मेरे सामने घटनावां वापरियां। सो वर्णन कीनो तुद पासा। हे महाराज गुरु अंगद देव साहब सच्चे पातशाह, महाराज मैं वो आप जी दे सामने वर्णन कीतियां ने, महाराज मैं वो तुहानू सुनाइयां ने सारियां। हाँ जी। इस आगे सुध मोहे ना को। महाराज एरे तो बाद की होया सच्चे पातशाह उहदे बारे नहीं मैनू पता, क्यों? क्योंकि मैं अपने घर विच आ गया सा। हाँ जी। रावर सर्ब जान हो सो। अगो महाराज जो कथा होई सच्चे पातशाह
ਅੱਗੋਂ ਉਹ ਕਥਾ ਆਪ ਜੀ ਆਪ ਜਾਣਦੇ ਹੋ। ਜਰਾ ਗ੍ਰਸੀ ਅਬ ਕਾਇਆ ਮੇਰੀ। ਤੇ ਭਾਈ ਬਾਲਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਮੇਰਾ ਸਰੀਰ ਹੈ ਹੁਣ ਬੁਢੇਪੇ ਨੇ ਜਕੜ ਲਿਆ, ਭਾਵ ਮੇਰੀ ਅਵਸਥਾ ਬਜ਼ੁਰਗੀ ਵਾਲੀ ਹੋ ਗਈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਭਾਈ ਬਾਲਾ ਜੀ ਉਮਰ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਵੱਡੇ ਸਨ। ਹਾਂਜੀ, ਲਖੋ ਆਰ ਬਲ ਭਈ ਬਡੇਰੀ। ਮਹਾਰਾਜ ਹੁਣ ਮੇਰੀ ਵੱਡੀ ਉਮਰ ਹੋ ਗਈ ਹੈ, ਬਹੁਤ ਬਜ਼ੁਰਗ ਹੋ ਗਿਆ। ਹਾਂਜੀ, ਇਹ ਅਬ ਛੁੱਟ ਹੈ ਬਚਨ ਨਿਜ ਕਰੀਏ। ਤੇ ਸੱਚੇ ਪਾਤਸ਼ਾਹ ਹੁਣ ਬਚਨ ਕਰੋ, ਮੇਰਾ ਇਸ ਸਰੀਰ ਤੋਂ ਛੁਟਕਾਰਾ ਹੋ ਜਾਵੇ। ਹਾਂਜੀ, ਜਗ ਸਾਗਰ ਤੇ ਮੋਹੇ ਉਧਰੀਏ। ਮਹਾਰਾਜ ਭਵ ਸਾਗਰ ਤੋਂ ਮੇਰਾ ਉਧਾਰ ਕਰ ਦਿਓ। ਸ਼੍ਰੀ ਅੰਗਦ ਸੁਣ ਕੇ ਮੁਸਕਾਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨਾ ਭਾਈ ਬਾਲਾ ਸਾਹਿਬ ਜੀ ਦੀ ਗੱਲ ਸੁਣ ਕੇ ਮੁਸਕੁਰਾਏ ਜੀ, ਮਹਾਰਾਜ ਖੁਸ਼ ਹੋਏ ਜੀ। ਹਾਂਜੀ, ਕਿਉਂ ਵਸ ਆਪ ਉਤਾਇਲ ਠਾਨੇ। ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਜੀ ਕੀ ਗੱਲ, ਬੜੀ ਛੇਤੀ ਉਤਾਵਲੇ ਹੋ ਗਏ ਉਹ ਸਰੀਰ ਤਿਆਗਣ ਵਾਸਤੇ। ਹਾਂਜੀ, ਅਬ ਦੁਵੈ ਮਾਸ ਬੈਸ ਹੈ ਤੇਰੀ। ਗੁਰੂ ਸਾਹਿਬ ਨੂੰ ਸਾਰੀ ਗੱਲ ਦਾ ਪਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਅਜੇ ਤੁਹਾਡੀ 2 ਮਹੀਨੇ ਉਮਰ ਪਈ ਹੈ, ਤੁਹਾਡੀ ਉਮਰ ਰਹਿ ਗਈ ਹੈ 2 ਮਹੀਨੇ ਹੋਰ। ਹਾਂਜੀ, ਪੁੰਨ ਸਰੀਰ ਹੈ ਭਸਮ ਸੋ ਢੇਰੀ। ਫਿਰ ਤੁਹਾਡਾ ਸਰੀਰ ਜਿਹੜਾ ਉਹ ਖਤਮ ਹੋ ਜਾਏਗਾ, ਤੁਸੀਂ ਸਰੀਰ ਛੱਡ ਦਿਓਗੇ, 2 ਮਹੀਨੇ ਉਮਰ ਤੁਹਾਡੀ ਰਹਿ ਗਈ ਹੈ। ਸਾਧ ਸੰਗਤ, ਭਾਈ ਬਾਲਾ ਜੀ ਨੇ ਜਦੋਂ ਸਰੀਰ ਤਿਆਗ ਕੇ ਜਾਣਾ ਹੈ ਨਾ, ਤੇ ਸਿੱਧਾ ਪ੍ਰਲੋਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਜਾਣਾ ਹੈ। ਹਾਂਜੀ, ਤਬ ਲੱਗ ਹਮ ਟਿਗ ਰਹੋ ਹਿਤ ਸਾਥਾ। ਮਹਾਰਾਜ ਕਹਿਣ ਲੱਗੇ, ਬਾਲਾ ਜੀ 2 ਮਹੀਨੇ ਉਮਰ ਰਹਿ ਗਈ ਹੈ, ਪਿਆਰ ਦੇ ਨਾਲ ਉਨਾ ਚਿਰ ਤੁਸੀਂ ਸਾਡੇ ਕੋਲ ਹੀ ਰਹੋ। ਹਾਂਜੀ, ਪਰ ਚਹੋ ਸੁਣੋ ਕਰੋ ਗੁਰ ਗਾਥਾ। ਇੱਥੇ ਸਾਨੂੰ ਕਥਾ ਸੁਣਾਇਆ ਕਰੋ ਮਹਾਰਾਜ ਦੀ, ਪਿਆਰ ਦੇ ਨਾਲ। ਹਾਂਜੀ, ਸੁਣ ਕੇ ਹਰਖਤ ਹੋਵੇ ਕਰ ਬਾਲਾ। ਤੇ ਸੁਣ ਕੇ ਭਾਈ ਬਾਲਾ ਜੀ ਨੂੰ ਧੀਰਜ ਬੱਝਿਆ, ਭਾਈ ਬਾਲਾ ਜੀ ਦੇ ਅੰਦਰ ਖੁਸ਼ੀ ਆਈ ਹੈ। ਹੁਣ ਵੇਖ ਲਓ, ਆਮ ਪੁਰਸ਼ ਵਿੱਚ ਤੇ ਮਹਾਰਾਜ ਦੇ ਸੇਵਕਾਂ ਵਿੱਚ ਕਿੰਨਾ ਫਰਕ ਹੈਗਾ ਜੀ। ਆਮ ਕਿਸੇ ਬੰਦੇ ਨੂੰ ਕਹਿ ਦਿਓ ਵੀ ਤੇਰੀ ਉਮਰ 2 ਮਹੀਨੇ ਰਹਿ ਗਈ ਹੈ, ਪਿਆਰੇ ਹੋ, ਉਹ ਦੁਖੀ ਹੋਏਗਾ। ਪਰ ਭਾਈ ਬਾਲਾ ਜੀ ਜਦੋਂ ਪਤਾ ਲੱਗਾ 2 ਮਹੀਨੇ ਉਮਰ ਰਹਿ ਗਈ ਹੈ, ਕਵੀ ਸੰਤੋਖ ਸਿੰਘ ਲਿਖਦੇ, ਭਾਈ ਬਾਲਾ ਜੀ ਖੁਸ਼ ਹੋ ਗਏ ਜੀ, ਖੁਸ਼ ਹੋ ਗਏ। ਅਤੇ ਬੜੇ ਸਾਧ ਸੰਗਤ ਦੀ ਖੁਸ਼ੀ ਦੇ ਨਾਲ ਸੁੱਖਾਂ ਦੇ ਦਾਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਰਹਿਣ ਲੱਗ ਪਏ। ਹਾਂਜੀ, ਰਹੇ ਉਹ ਸਮੀਪ ਸੁਖਦ ਤੇਹ ਕਾਲਾ, ਕਹਿ ਸੁਣੈ ਗੁਰ ਤੇ ਗੁਣ ਔਰੀ। ਕਹਿ ਸੁਣੈ ਗੁਰ ਕੇ ਗੁਣ ਔਰੀ। ਪਿਆਰਿਓ, ਭਾਈ ਬਾਲਾ ਜੀ ਫਿਰ ਮਹਾਰਾਜ ਜੀ ਦੇ ਕੋਲ ਰਹਿੰਦੇ ਆ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਦੱਸਿਆ ਕਰਨ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਸਨ, ਐਸੇ ਸਨ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ, 2 ਮਾਸ ਜਬ ਬਿਤੇ ਬਹੋਰੀ। ਪਿਆਰ ਦੀਆਂ ਗੱਲਾਂ ਕਰਦਿਆਂ, ਪ੍ਰੇਮ ਦੇ ਬਚਨ ਕਰਦਿਆਂ, ਇਸ ਤਰੀਕੇ ਦੇ ਨਾਲ 2 ਮਹੀਨੇ ਜਿਹੜੀ ਉਮਰ ਹੈ ਉਹ ਭਾਈ ਸਾਹਿਬ ਜੀ ਦੀ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਸਫਲੀ ਹੋ ਗਈ ਜੀ। ਹਾਂਜੀ, ਪਰਾ ਲਬਦ ਭੋਗੀ ਨਿਜ ਜਬ ਹੀ। ਜਦੋਂ ਆਪਣੀ ਉਮਰ ਭੋਗ ਲਈ, ਸਾਰੀ ਜਿਤਨਾ ਪਰਮੇਸ਼ਰ ਜੀ ਨੇ ਉਮਰ ਦਿੱਤੀ ਸੀ ਉਹ ਭੋਗ ਲਈ, ਸਫਲੀ ਕਰ ਲਈ। ਆਇਓ ਸਮਾ ਤਨ ਬਿਨਸਨ ਤਬ ਹੀ। ਤੇ ਪਿਆਰਿਓ, ਭਾਈ ਬਾਲਾ ਜੀ ਦਾ ਸਰੀਰ ਤਿਆਗਣ ਦਾ ਸਮਾਂ ਆਇਆ ਜੀ, ਅੱਜ ਸਮਾਂ ਆ ਗਿਆ। ਜਿਉਂਦਿਆਂ ਜੀ ਤੇ ਸਾਰਾ ਸਮਾਂ ਸਫਲਾ ਕੀਤਾ, ਸਰੀਰ ਤਿਆਗਣ ਤੋਂ ਬਾਅਦ ਵੀ ਮਾਲਕ ਦੇ ਚਰਣਾਂ ਵਿੱਚ ਜਾਣਾ ਹੈ। ਕਿਸੇ ਨੂੰ ਨਹੀਂ ਪਤਾ ਵੀ ਸਾਡੇ ਸਰੀਰ ਤਿਆਗਣ ਤੋਂ ਬਾਅਦ ਸਾਡੇ ਨਾਲ ਕੀ ਹੋਣਾ ਹੈ, ਪਰ ਭਾਈ ਬਾਲਾ ਜੀ ਨੂੰ ਪਤਾ ਪ੍ਰਲੋਕ ਵਿੱਚ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਹੀ ਜਾਣਾ ਹੈ। ਹਾਂਜੀ, ਸ਼੍ਰੀ ਅੰਗਦ ਕੋ ਕਰ ਕੇ ਬੰਦਨ। ਆਏ ਸਤਿਗੁਰੂ ਜੀ ਦੇ ਹਜ਼ੂਰ ਆਏ ਹੈ,
धन गुरु अंगद देव महाराज जी नूं नमस्कार कीती। प्यारियो श्री खडूर साहब जी दे विच ओह अस्थान बनिया है जिथे भाई बाला जी ने शरीर त्यागिया जी। हाँ जी, बहुर ध्यान धर दुख निकंदन, महाराज जी नूं आ के नमस्कार कीती। सतगुरु जी दी हजूरी विच बैठ गए। महाराज नूं भी पता है अज भाई बाला जी दी तैयारी है, अज भाई बाला जी ने शरीर त्याग देना है। प्यारियो भाई बाला जी ने नमस्कार कीती, चौंकड़ा मार के सामने बैठ गए, नेत्र कर ले बंद, ध्यान गुरु नानक साहब जी दे चरणा दा धारण किया जी। हाँ जी, तरनी को पुनीत करवाए, पौड्यो श्री नानक उर त्याए। फिर सहजे सहजे महाराज जी की हजूरी विच लम्मे पै गए जी भाई बाला जी, पर गुरु नानक साहब जी का ध्यान नहीं विसरिया जी। हाँ जी, तनक बिखे निज तन को त्यागी, बस जदों लम्मे पए है लेटे है ते एक छिन विच शरीर त्याग दिता जी। गज के आखो सतनाम श्री वाहेगुरु जी, आखो प्यार नाल धन धन भाई बाला जी, धन धन भाई बाला जी। भाई बाला जी ने एक छिन विच शरीर त्याग दिता और साध संगत जी भाई बाला जी धन गुरु नानक साहब जी के चरणों में पहुँच गए, मरण का भी दुख च, पर भाई बाला जी नूं कोई दुख नहीं महसूस होया जी। हाँ जी, पहुँचो परम पदम बड भागी, ते साध संगत जी भाई बाला जी धन गुरु नानक साहब महाराज जी के चरणों में पहुँच गए। श्री अंगद मह जोत समानी, इस तरीके नाल जोत सतगुरु जी दे विच समा गई जी, उन्हां दी गुरु अंगद साहब विच भाई बाला जी दी शरीर त्याग गया। हुण केवल शरीर ही पिया विच, भाई बाला जी नहीं हैगे जी। भाई बाला जी दी जोत सतगुरु जी दी जोत विच समा गई। ज्योति जोत रली, ज्योति ज्योत 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 रली। ज्यों जल मह जल आए खटाना, त्यों ज्योति संग ज्योत समाना। हाँ जी, ज्यों पानी मह मिल है पानी, जिमें पानी विच पानी रल जांदा ते मुड़ पछाणिया नहीं जांदा भी पहला पानी केड़ा सी ते दूजा पानी केड़ा है। साध संगत जी एवें ही भाई बाला जी की जोत गुरु साहब विच रल गई ते गुरु साहब का ही रूप हो गए जी। ओह हाँ जी, तेह छिन श्री तेहन कुल राई, उस समय धन गुरु अंगद देव साहब सच्चे पातशाह गरीब नवाज महाराज जी ने कह कह भली चिंता करवाई, कह कह भली चिता करवाई, सिखा नू क्या भाई चंगी तरीके नाल चिता तैयार करो, लकड़ा लैके आओ। हाँ जी, सिखन ते तन को उचवाए, ते महाराज जी ने गुरु दे सिखां कोलों भाई बाला साहब जी का शरीर जेड़ा वह चुकवाया है, ता चुकवाया है, राखियो ऊपर ताहे बनाए, चिखा तैयार कीती गई है, ते प्यारियो उस चिखा नूं साध संगत जी वाहिगुरु भाई साहब जी दे शरीर नूं चिखा दे उत्ते लिटाया गया। गुरद्वारा साहब बनिया होया गुरद्वारा तपियाणा साहब, एक बन्ने सामने सरोवर दे स्थान है जिथे महाराज सतगुरु कथा सुनदे हुंदे सीगे, ते एक बन्ने साध संगत जी भाई बाला जी का अंतम स्थान भी बनिया होया।
कोई मन्ने जा ना मन्ने पर जे सब मिलकर आखण पाहे वड्डा ना होवे घाट ना जाए। कोई मन्ने ना मन्ने भाई बाला जी का अस्थान दुनिया उत्ते मौजूद है। सो भाई बाला जी का साध संगत जी जेड़ा पवित्र शरीर है, इस शरीर ने रज रज के दर्शन किए सन महाराज जी दे, ओ शरीर चिखा दे उत्ते सजाया गया। बाहरो आप निकट चल आए, फिर धन गुरु अंगद देव साहब सच्चे पातशाह महाराज आप नेड़े गए जी उस चिखा दे। हाँ जी, त्रिण अग्नि को हाथ उचाए, अपने हाथ विच गरीब नवाज जी ने अपने कर कमलां विच प्यारे जड़ी कखा नू अग लाई सीगी ओ महाराज ने पकड़ लई। तब सिख बरज रहे बहु बारी, कुछ सिखा ने आख्या महाराज महाराज आप जी भाई बाला जी का संस्कार करोगे, ते सतगुरु गरीब नवाज कहन लगे हाँ। क्यों? क्योंकि गुरु अंगद साहब ही गुरु नानक साहब हैं, ते गुरु नानक साहब सच्चे पातशाह जी दे साथी है, भरा ने एक हिसाब नाल। महाराज कहन लगे हाँ असी आप संस्कार करांगे भाई बाला जी दे शरीर दा। निज कर संग दाहो दे जारी, ते बस फिर की सी प्रभु जी ने धन गुरु अंगद देव साहब सच्चे पातशाह जी ने अपने हथां दे नाल साध संगत जी भाई बाला जी दे शरीर दा संस्कार कर दिता। गज के आखो सतनाम श्री वाहेगुरु जी। अपने हथां नाल शरीर दा संस्कार कीता जी। हाँ जी, जिह सतगुर को सेवक प्यारे, अपर ना किछ गिनती उर तारे। भाई संतोख सिंह जी इत्थे एक गल लिखते, कहिंदे संगत जी जेड़े गुरु साहब दे प्यारे हुंदे आ ना महाराज, फिर लोकां दीयां गल्लां दी विचार नहीं करदे, सच्चे पातशाह उहनां दे सारे कारज आप करदे फिर। हाँ जी, वैसे बहुर सर्ब सिख माही, धन गुरु ना अंगद देव साहब सच्चे पातशाह भाई बाला जी दे शरीर दा संस्कार करके ते मुड़ सिखां दे विच आ के बैठ गए, सज गए सच्चे पातशाह। बाले की उस तत बहु प्राही, ते महाराज फिर ना अपने श्री मुख तो भाई बाला जी की सिफत करते है, भाई बाला जी की वड्याई करते, भाई सिखो भाई बाला जी बहुत महान सिख हैं, भाई बाला जी ने बड़ा लम्मा समा गुरु नानक साहब महाराज जी के दर्शन किए। मैनू माफ़ करियो संगत जी, भाई मरदाना जी ने तो गुरु साहब के दर्शन किते ही किते है, भाई मरदाना जी तो भी वध समा भाई बाला जी गुरु नानक साहब जी दे नाल रहे है जी, भाई बाला जी सतगुरु जी दे नाल रहे है। ज़्यादा से ये है जिन्हें कौतक ने वह भाई मरदाना जी राही वरते है, भाई बाला जी शांत मूर्त सन जी। मानो महाराज ने इन्हां नूं अपनी कथा सुनाउण वास्ते ही रखिया होवे बाद विच। हाँ जी, धन धन सब ही नर कही, महाराज ने गुरु अंगद साहब जी ने अपने मुख तो भाई बाला जी की सिफत की वड्याई की, सब सिख सुन के भाई बाला जी नूं धन धन कहण लग पए जी। आप जी भी सारे कहो धन धन भाई बाला जी, धन धन भाई बाला जी, बाला जी। हाँ जी, श्री नानक हितकारी अही, ते साध संगत सारे कहन भी गुरु नानक साहब दे बड़े प्यारे ने भाई बाला जी, बड़े प्यारे, बड़ा प्यार लिया गुरु नानक साहब महाराज सच्चे पातशाह जी का। हाँ जी, दोहरा सारस्वती सिमरन उदद कविता प्रद ज्यों इंद, बिगसत श्रोता कुमद सुन कोक बेमुख दुख दुंद। ते साध संगत हुण अगों कथा आरंभ हो रही है, ओ सुनो भाई साहब। भाई संतोख सिंह जी लिखते है, कहिंदे है महाराज सच्चे पातशाह गरीब नवाज जी की जिहड़ी वड्डी वड्याई है ना, जदों इहनू गुरु के प्यारे सुणदे है ते फिर उन्हां दे मन जिहड़े आ उह खिड़ जांदे है।
मन प्रेम विच आ जांदा है, मन बैराग विच भी आ जांदा है, मन महाराज जी की वडियाई विच उन्हां दे लीन हो जांदे है। चौपाई अब श्री अंगद की सुन कथा। प्रेमी ते खुश हुंदे है, बिगसत श्रोता कुमद सुन, कोक विमुख दुख दुंद। पर साध संगत जी जिवें गुरमुख तां खुश हुंदे है, पर साध संगत जी कुछ छुट्टड़ चकवियां अर्गे जिहड़े है ना, वह गुरु साहब जी की कथा सुन के दुखी भी हुंदे है। आ जिहड़े गुरु साहब नूं मनुख कहिंदे है, जिहड़े कहिंदे भाई बाला नहीं है, जिहड़े श्री गुर प्रताप सूरज ग्रंथ तों तंगी महसूस करदे है, वह चकवियां ने चकवियां। ते साध संगत जी जदों चंद चढ़दा है ते चकोर ते खुश हुंदी है, पर चकवी विछड़ जांदी है ते चकवी दुखी हुंदी है। फिर चंद चढ़न तो वह भी लोग चकवियां अरगे ने छुट्टड़ ने दुखी हुंदे है जदों महाराज जी की कथा हुंदी है। हाँ जी, चौपाई अब श्री अंगद की सुन कथा। हुण अगों भाई संतोख सिंह जी कहिंदे है, संगत जी सतगुरु गुरु अंगद देव महाराज जी की कथा सुनो। भाई जथा उचरों मैं तथा। जिवें अगों कथा होई ओवें मैं हुण तुहानूं सुणावांगा। जंगल मते जोहती सराए। कहन लगे जंगल दे विच साध संगत जी भावा पहलां सारा इलाका फिरोजपुर वाला वसों नहीं सी हुंदी, बड़ी घट वसों हुंदी सी। फिरोजपुर दे विच कहन लगे एक सरां ही सरां, जिन्हों साध संगत जी मत्ते नांगे दी सरां कहिंदे सन, मत्ते नांगे दी। हाँ जी, मन पुनीत फेरू तह थाए। उत्थे रब दे भगत रहिंदे है, जिन्हां दा मन बड़ा पवित्र है, उन्हां दा नाम है बाबा फेरू जी। तेहण गोत छतरी जेह जाती। उन्हां दी त्रेहण गोत है ते खतरी जाति है बाबा फेरू मल जी दी। हाँ जी, करम धर्म मह सब बखयाती। बाबा फेरू मल जी बड़े महान पुरश हन, धर्म दे कर्मां विच बड़े मशहूर हन, देवी नूं मनदे है ते धार्मिक कम्मां विच बड़ी रुचि है उन्हां दी। हाँ जी, तेह घर जन्मयों सुत सुखदाई। गद के आखो सतनाम श्री वाहेगुरु। बाबा फेरू मल जी दे घर विच सुखदाई पुत्र पैदा होया जी, सुखदाई पुत्र जिन्हें सदा ही सुख दिता बाबा फेरू मल जी नूं। हाँ जी, लहना नाम धरयो हित लाई। जिस दा नाम की रखिया, जिस दा नाम रखिया लहना। गज के आखो वाहेगुरू वाहेगुरू। ये धन गुरु अंगद देव महाराज जी दे आगमन की कथा है। परसों सच्चे पातशाह जी का आगमन है 24 तरीक नूं, ते सच्चे पातशाह जी दे आगमन की कथा च महाराज धन गुरु अंगद देव साहब सच्चे पातशाह जी का फिरोजपुर की धरती ते मत्ते नांगे की सरां विच बाबा फेरू मल जी दे ग्रह विखे आगमन होया। जनमत भगत संग जिस आई। कहिंदे धन गुरु अंगद देव महाराज सच्चे पातशाह मानो जन्म तो ही भगती उन्हां दे नाल आई है। वेखो कई बंदे पहला विकार करते हैं, माड़े काम करते हैं, फिर संगत दी भगती वाले पासे लगते हैं, पर कईयां दी पूर्वली भगती इन्नी हुंदी है वह जमदे ही भगती शुरू कर देंदे, भगत प्रहलाद जी वांग जी जन्म तो ही भगती। कवि संतोख सिंह जी लिखते हैं, कहिंदे धन गुरु अंगद देव साहब सच्चे पातशाह मानो आगमन तो ही भगती नाल ही लैके आए होण। हाँ जी, कितों ताहे निज देह बनाई। कितों ताहे निज देह बनाई, ते दूजा जां फिर कहन लगे भगती ने आप ही शरीर धारण किया होवे गुरु अंगद साहब जी का। हाँ जी, धीरज खिमा पुजा जेह सोहै। कहन लगे ये गुरु अंगद साहब जी का आत्मक स्वरूप च, आत्मक स्वरूप बाहरों शरीर हुंदा है ना, बाहरों शरीर
ਬਾਹਰੋਂ ਸਰੀਰ ਦੀਆਂ ਦੋ ਬਾਹਾਂ ਹੁੰਦੀਆਂ। ਕਹਿੰਦੇ ਆ ਆਤਮਕ ਸਰੂਪ ਅੰਦਰੂਨੀ ਜੀਵਨ ਕੀ ਸੀਗਾ, ਜਿਸ ਭੁਚੰਗੀ ਨੇ ਵਾਹਿਗੁਰੂ ਜਿਸ ਬਾਲਕ ਨੇ ਬਾਬੇ ਫੇਰੂ ਮੱਲ ਘਰ ਆਗਮਨ ਲਿਆ, ਜਨਮ ਤੋਂ ਭਗਤੀ ਹੈ ਅਤੇ ਧੀਰਜ ਅਤੇ ਖਿਮਾ, ਇਹ ਤਾਂ ਮਾਨੋ ਦੋ ਬਾਹਾਂ ਸਨ ਉਹਨਾਂ ਦੀਆਂ। ਭਾਵ ਵਿੱਚ ਧੀਰਜ ਸੀਗਾ ਅਤੇ ਧੀਰਜ ਦੇ ਨਾਲ ਨਾਲ ਦੂਜਿਆਂ ਨੂੰ ਮਾਫ਼ ਕਰ ਦੇਣ ਵਾਲਾ ਬੜਾ ਵੱਡਾ ਗੁਣ ਸੀ ਉਹਨਾਂ ਵਿੱਚ ਜੀ। ਹਾਂਜੀ, ਅਰਜ ਜਰਨ ਸੁਭ ਰਿਦਾ ਭਇਉ ਹੈ, ਅਜਰ ਨੂੰ ਜਰਨ ਵਾਲੀ ਸ਼ਕਤੀ ਉਹਨਾਂ ਦੇ ਮਨ ਵਿੱਚ ਹੈਗੀ ਹੈ ਜੀ, ਅਜਰ ਨੂੰ ਜਰਨ ਵਾਲੀ। ਅਤੇ ਬਾਬਾ ਫੇਰੂ ਮੱਲ ਜੀ ਦੇ ਘਰ ਵਿੱਚ ਜਿਸ ਬਾਲਕ ਦਾ ਆਗਮਨ ਹੋਇਆ ਉਹਨਾਂ ਦਾ ਹਿਰਦਾ ਬੜਾ ਸ਼ੁਭ ਹੈ ਜੀ, ਬੜਾ ਸ਼ੁਭ ਹੈ। ਹਾਂਜੀ, ਮੈਤਰੀ ਮੁਦਤਾ ਜਾਂਗ ਸੁਹਾਈ, ਫਿਰ ਸਾਧ ਸੰਗਤ ਜੀ ਬਾਹਰੀ ਸਰੀਰ ਦੀਆਂ ਬਾਹਰੀ ਤੌਰ 'ਤੇ ਬੇਨਤੀ ਕਰਨ ਲੱਗਾ। ਦੋ ਜਾਂਘਾਂ ਹੁੰਦੀਆਂ, ਜਾਂਘਾਂ ਕਿਹਨੂੰ ਕਹਿੰਦੇ ਨੇ? ਲੱਤਾਂ ਨੂੰ ਕਹਿੰਦੇ। ਉਹ ਕੀ ਨੇ? ਮਿੱਤਰਤਾ ਅਤੇ ਆਨੰਦਤਾ, ਇਹ ਮਹਾਰਾਜ ਜੀ ਦੇ ਸਰੀਰ ਦੀਆਂ ਦੋ ਲੱਤਾਂ ਦੀ ਨਿਆਈ ਹਨ। ਹਾਂਜੀ, ਘੱਟ ਕਰੁਣਾ ਕੀ ਅਤ ਛੱਬ ਪਾਈ, ਅਤੇ ਲੱਕ ਵੀ ਹੁੰਦਾ ਸਰੀਰ ਨੂੰ। ਅਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਹੈ, ਲੱਕ ਕੀ ਹੈ? ਲੱਕ ਮਾਨੋ ਕਿਰਪਾ ਹੈ, ਕਿਰਪਾ। ਤਾਂ ਇਸ ਤਰੀਕੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੂਪ ਬੜਾ ਸੋਹਣਾ ਹੈ। ਇਹ ਬਾਹਰੀ ਸਰੀਰ ਦਾ ਵੀ ਨਕਸ਼ਾ 'ਚ ਅਤੇ ਅੰਦਰੂਨੀ ਸਰੀਰ ਦਾ ਵੀ ਨਕਸ਼ਾ ਹੈ। ਕੀ ਆ? ਸਾਧ ਸੰਗਤ ਦੀ ਮਾਨੋ ਭਗਤੀ ਨੇ ਆਗਮਨ ਲਿਆ ਹੋਏ। ਇੱਕ ਬਾਂਹ ਦਾ ਨਾਮ ਹੈ ਧੀਰਜ, ਹੌਂਸਲਾ। ਦੂਜੀ ਬਾਂਹ ਦਾ ਨਾਮ ਹੈ ਖਿਮਾ। ਅਤੇ ਸਾਧ ਸੰਗਤ ਦੀ ਅਜਰ ਨੂੰ ਜਰਨ ਵਾਲਾ ਹਿਰਦਾ ਹੈ। ਮਨ ਕੀ ਹੈ? ਅਜਰ ਨੂੰ ਜਰਨ ਵਾਲਾ। ਅਤੇ ਇੱਕ ਪਵਿੱਤਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਸਰੀਰ ਦਾ ਹਿੱਸਾ ਲੱਤ ਜਿਹੜੀ ਉਹ ਮਿੱਤਰਤਾ ਹੈ, ਦੂਜੀ ਆਨੰਦਤਾ ਹੈ। ਅਤੇ ਲੱਕ ਕੀ ਹੈ? ਲੱਕ ਕਹਿੰਦੇ ਕਿਰਪਾ ਦਾ ਘਰ ਹੈ, ਕਿਰਪਾ ਦਾ ਘਰ। ਇਸ ਤਰੀਕੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ ਦਾ ਜਿਹੜਾ ਆਤਮਕ ਅਤੇ ਬਾਹਰੀ ਸਰੂਪ ਹੈ ਉਹ ਬੜਾ ਹੀ ਫੱਬਦਾ ਹੈ। ਹਾਂਜੀ, ਭਾਉ ਬਦਨ ਮਨ ਪ੍ਰੇਮ ਬਣਾਏ, ਅਤੇ ਮਹਾਰਾਜ ਜੀ ਦਾ ਸਾਧ ਸੰਗਤ ਜੀ ਜਿਹੜਾ ਭਾਉ ਬਦਨ ਬਾਹਰੀ ਸਰੀਰ ਹੈ ਉਹ ਸਾਧ ਸੰਗਤ ਜੀ ਕੀ ਹੈ? ਉਹ ਹੈ ਬੜਾ ਖਿੜਿਆ ਰਹਿੰਦਾ, ਸਤਿਕਾਰ ਵਾਲਾ, ਹਰ ਇੱਕ ਦਾ ਸਤਿਕਾਰ ਕਰਨਾ। ਅਤੇ ਮਨ ਕੀ ਹੈ? ਮਨ ਪ੍ਰੇਮ ਹੈ। ਭਾਵ ਇਹ ਗੁਣ ਨੇ ਗੁਰੂ ਅੰਗਦ ਸਾਹਿਬ ਵਿੱਚ। ਮਹਾਰਾਜ ਸ਼ਾਂਤ ਰਹਿੰਦੇ ਹੈ, ਸੱਚੇ ਪਾਤਸ਼ਾਹ ਜੀ ਦੇ ਵਿੱਚ ਖਿਮਾ ਹੈ, ਧੀਰਜ ਹੈ, ਮਿੱਤਰਤਾ ਹੈ, ਆਨੰਦਤਾ ਹੈ, ਦੂਜਿਆਂ 'ਤੇ ਕਿਰਪਾ ਕਰਨ ਵਾਲੇ ਹੈ, ਸ਼ਰਧਾ ਸਤਿਕਾਰ ਰੂਪੀ ਮੁਖੜਾ ਮਹਾਰਾਜ ਦਾ ਬਦਨ ਮੁਖੜਾ, ਅਤੇ ਪ੍ਰੇਮ ਰੂਪੀ ਮਨ ਹੈ ਸੱਚੇ ਪਾਤਸ਼ਾਹ ਜੀ ਦਾ। ਹਾਂਜੀ, ਸਮ ਦਮ ਜਾ ਕੇ ਕਰਨ ਸੁਹਾਏ, ਅਤੇ ਫਿਰ ਅੱਗੋਂ ਕਰਨ ਦੀ ਗੱਲ ਕੀਤੀ ਹੈ, ਕੰਨ ਦੀ ਗੱਲ ਕੀਤੀ। ਹਰ ਬੰਦੇ ਦੇ ਦੋ ਕੰਨ ਹੁੰਦੇ ਹੈ, ਕਹਿੰਦੇ ਹੈ ਇਹ ਕੰਨ ਕੀ ਹੈ? ਮਾਨੋ ਸਮ ਦਮ। ਸਮ ਦਮ ਕੀ ਹੈ? ਬਾਹਰਲੀਆਂ ਅਤੇ ਅੰਦਰਲੀਆਂ ਇੰਦਰੀਆਂ ਨੂੰ ਰੋਕ ਕੇ ਰੱਖਣਾ, ਰੋਕ ਕੇ ਰੱਖਣਾ, ਮਨ ਨੂੰ ਰੋਕ ਕੇ ਰੱਖਣਾ ਦਮ ਹੈ, ਸਮ ਹੈ। ਸਮ ਦਮ ਅੰਦਰੀਵ ਅਤੇ ਬਾਹਰਲੀਆਂ ਇੰਦਰੀਆਂ ਨੂੰ ਸਾਧ ਸੰਗਤ ਰੋਕ ਕੇ ਰੱਖਣਾ। ਹਾਂਜੀ, ਧਿਆਨ ਕਰਨ ਲਿਵ ਲਾਗਨ ਜੋ, ਅਤੇ ਧਿਆਨ ਧਰਨਾ ਸਾਧ ਸੰਗਤ ਜੀ, ਲਿਵ ਲਾਉਣਾ ਜਿਹੜਾ ਗੁਰੂ ਅੰਗਦ ਸਾਹਿਬ ਵਿੱਚ ਵੱਡਾ ਗੁਣ ਹੈ। ਦੁਐ ਲੋਚਨ ਸੋਭਤ ਸੁਭ ਸੋਉ, ਕਹਿੰਦੇ ਮਾਨੋ ਉਹ ਮਹਾਰਾਜ ਦੇ ਨੇਤਰ ਹਨ, ਉਹ ਨੇਤਰ ਹਨ ਸੱਚੇ ਪਾਤਸ਼ਾਹ ਜੀ ਦੇ। ਹਾਂਜੀ, ਗਿਆਨ ਸੀਸ ਜਿਹ ਕੇਰ ਬਿਰਾਜਤ, ਤੇ ਸੀਸ ਕੀ ਹੈ? ਸੀਸ ਮਹਾਰਾਜ ਜੀ ਦਾ ਗਿਆਨ ਹੈ, ਗਿਆਨ। ਹਾਂਜੀ, ਸਤ ਸੰਗਤ ਸ਼ਿੰਗਾਰ ਸੁਭ ਸਾਜਤ, ਤੇ ਸ਼ਿੰਗਾਰ ਕਾਹਦਾ ਕੀਤਾ ਹੈ? ਗਹਿਣੇ ਕਾਹਦੇ ਪਾਏ ਹੈ? ਗਹਿਣੇ ਪਾਏ ਹੈ ਸਤਸੰਗ ਦੇ।
सत संगत दे गहने पाए हुए हन। इस प्रकार धर जन्म सुहावा, गज के आखो वाहेगुरु वाहेगुरु। इस तरीके नाल मेरे गुरु अंगद देव जी का अंदरला ते बाहरला रूप बड़ा सोहना है। बारों दो कन हुंदे है, अखा हुंदियां, लत्ता हुंदियां, लक हुंदा है, मुख हुंदा है, सिर हुंदा है, बाहां हुंदियां है। ते कहिंदे आ इसे तरह अंदर दे जिहड़े गुण ने ओहो लत्तां हन, ओहो अखां हन, ओहो मुखड़ा हन, ओहो बाहां हन, ओहो कन हन ते ओहो सिर हन। ये महाराज जी का आंतरिक स्वरूप कवि संतोख जी सिंह जी ने वर्णन किया। हुण जिन्हां नूं नहीं कुछ आउंदा वह प्यारिओ कवि संतोख सिंह जी नूं माड़ा आखी जांदे आ। किड्डा सोहणा मेरे सतगुरु का रूप बयान किया। इस तरीके नाल ब्रिदा देह ज्यों काल बितावा, ज्यों ज्यों समा लंघदा जांदा है त्यों त्यों धन गुरु अंगद देव महाराज जी का शरीर वधदा है। ते कला शरीर नहीं वधदा, ये गुण भी नालों नाल वधी जांदे है। चौदह बरख आर बल होई, महाराज सच्चे पातशाह धन गुरु अंगद साहब भाई लहणा जी दे रूप विच हन। सो जदों श्री लहणा जी दी उम्र 14 सालां दी होई, जिन्हें बेकार ना परसियो कोई, कहन लगे इस उम्र तक कोई विकार नहीं छोया जी, कोई विकार नहीं छोया महाराज नूं। खतरी एक खंडूर मह रही, ते खंडूर साहब दे विच एक खतरी रहिंदा। हाँ जी, सुता नकेत ताहे के अही, उहदे घर विच एक लड़की है, लड़की साध संगत जी जिहदा नाम है खीवी जी। हाँ जी, पीएज मनुज तिन कीन सगाई, ते साध संगत जी माता खीवी जी दे पिता जी ने गुरु अंगद साहब जी की सिफत सुनी, लहणा जी की सिफत सुनी, तो एक मनुख न भेज के फिर लहणा जी के नाल अपनी धी की सगाई कर दी जी। हाँ जी, कितक समा पुन दीन बिताई, इस तरीके नाल सगाई कीतिया कुछ समा लंघ गया। हाँ जी, करियो ब्याह दाज बहु दीना, फिर समा आया, फिर महाराज का श्री लहणा जी का साध संगत जी माता खीवी जी दे नाल व्याह हो गया। देख जमाता आनंद पीना, माता खीवी जी दे पिता जी ने जदो साध संगत जी देखिया, खडूर साहब दे लागे ही नगर सीगा वो साध संगत जी, ते जदों वेखिया ते बड़े खुश होए, एडे सोहणे ते सुशील जवाई भाई उन्हां नूं मिले जी। हाँ जी, गए ग्राम निज रहे बहौरी, ते साध संगत जी फिर गुरु अंगद साहब महाराज अपने पिता जी दे नाल भाव भाई लहणा जी अपने पिंड मत्ते की सरां विच चले गए। कितक काल बितियो तिस ठौरी, ते कुछ समा अजे उन्हां नूं होया सीगा उधर गया नूं, एक दिन चढ़ी बलोचन धारी, ते मत्ते की सरां विच साध संगत जी बलोचां दी धार चढ़ गई। हाँ जी, जंगल मते सराए सो मारी, उन्हां ने फिर मत्ते की सरां विच बड़ी मार ताड़ कीती जी, बड़ी उजाड़ी जी उन्हां ने। हाँ जी, ताहे नकेत थे सो कीना, सब घर बार ढा दिते जी, एक बारी सब कुछ थे कर दिता जी। हाँ जी, बाहर ना को बसने दीना, फिर किसे नूं वसण ना दिता जी छेती उन्हां ने। हाँ जी, श्री लहणा तब ते तज ग्रामो, उस समय फिर श्री लहणा जी ओ पिंड छड़ गए जी अपना, केड़ा पिंड भला, मत्ते की सरां वाला। हाँ जी, आन खंडूर बिखे किए धामो, ते फिर वसाया फिर आन सतगुर खंडूर, अजे तो पहली बारी खंडूर आना है, मुड़ सेवा तो बाद खंडूर साहब विच आना है। सो खडूर पिंड विच आ के वासा कीता महाराज ने। हाँ जी, रहे तहां पुन गए की थावना, उत्थे ही फिर रहे जी, उत्थे घर बना लिया, फिर किसे होर थान ते नहीं महाराज गए। हाँ जी, बहरो कीनो समा बितावन, उत्थे ही रह के समा जिहड़ा है ओ कढ़दे रहे, लंघाउंदे रहे। हाँ जी, ग्राम खंडूर नार नर जो, खडूर पिंड दे जिहड़े लोक सन, जेड़े इस्त्रियां सन,
सेवक दुर्गा के सब सो ओ सारे देवी जी दे उपासक सन देवी जी दे जी देवी जी दे दुर्गा देवी दे जी जाहे बरख दिन मह श्री ज्वाला साल बेच जाहे बरख बरख दिन मह श्री ज्वाला साल बेच एक दिन ओ ज्वाला जी दे दर्शन करन वास्ते जांदे हुंदे सी खडूर साहब दे लोक जी। परस कांगड़े हरख बिसाला कांगड़े जाके देवी दी पूजा करदे हुंदे सन बड़े खुश हुंदे सन जाके लहना सब मह मुखी होवे जाई ते शुरू तो धार्मिक ख्यालां वाले होण करके गुण बड़े उच्चे है हर एक दे नाल मित्रता रखदे है हर एक दे नाल प्यार नाल बोलदे है धीरज धारी है मुख मंडल ज्ञान बड़ा है ते महाराज सच्चे पातशाह नूं शुरू तो ही मुखी बनाया हैगा जी पिंड वालिआं ने जी पिंड दे सारे देवी भगतां दे मुखी सन श्री लैणा जी। हाँ जी इस बिद कर है नेम सदाई ए नेम सीगा जी खडूर साहब दे लोकां दा साल विच एक बार जाके देवी दे दर्शन करने जी। हाँ जी एक सिख श्री नानक केरा ते एक सिख धन गुरु नानक देव साहब सच्चे पातशाह गरीब नवाज जी दा जिस दा नाम इतिहास विच भाई जोध जी आया। रहे खंडूर जिस प्रेम कनेरा ते साध संगत जी रहे खंडूर जिस प्रेम कनेरा ओ खंडूर साहब लागे रहिंदा सी ते साध संगत जी उहदे मन विच बड़ा प्यार सी गुरु नानक साहब जी दे नाल खंडूर साहब रहिंदा जी ओ सिख। हाँ जी पढ़ै सदीव गुरु की बाणी ते भाई जोध जी इन्ना साध संगत जी गुरु नानक साहब जी दे प्यार विच मस्त सन भाई जोध जी सदा ही गुरु नानक साहब जी दी बाणी पढ़दे सन जी बाणी पढ़दे रहना जी। हाँ जी सेव आन की रिदे ना आनी ओ देवी जी दे नहीं सी जांदे हुंदे जी ओ किसी होर नूं मन विच नहीं लिआउंदे केवल महाराज सच्चे पातशाह जी की सेवा करनी बाणी पढ़नी। हाँ जी शरदा श्री नानक पग माही जोध जी की शरदा तुहानु गुरु नानक साहब जी के चरणा नाल ही है। हाँ जी प्रेमानंद रहे नित ताही ते सदा प्रेम दे आनंद विच जोध जी मगन रहिंदे है मगन रहिंदे है। हाँ जी एक दिवस मह एक मन होई एक दिन एक मन एक चित हो के भाई भाई जोध जी एक मिनट रुक दो। हाँ जी बानी पढ़े प्रेम जुत सोई ते धन गुरु नानक साहब जी दी बड़े प्यार नाल बाणी पढ़ रहे सन मैं इत्थे एक मिनट रुकांगा। भाई जोध जी महाराज सच्चे पातशाह जी दी बाणी पढ़ रहे है। हाँ जी बाणी पढ़ रहे ते उच्ची उच्ची पढ़ रहे इन्नी उच्ची पढ़ रहे है भी होर लोकां नूं सुणदी है बाणी पढ़ी दी इहदा भाव भाई जोध जी दे मन विच गुरु साहिब दे परथाए संग नहीं सी कोई हैगी जी इन्ने प्यार विच उच्ची उच्ची बाणी पढ़दे सन जी। हुण माफ करियो आपां बाणी भी पढ़दे हां ते पता ही नहीं लगता भी की करन दे गज के आखो सतनाम श्री वाहिगुरु पता ही नहीं लगता भी की करन दे अखर खाई जाने इथों एक गल दा पता लगता भी मन विच गुरु साहब नाल प्यार नहीं हैगा जिन्हां दे मन विच प्रेम है ओ प्रेम नाल बाणी पढ़दे ते उन्हां दे मुखों सुन के दूजियां दे मनां विच प्रेम पैदा हो जांदा जी जिन्हां दे मन विच प्रेम है। कवि संतोख सिंह जी ने एक घटना का जिक्र किया मैं वो कह के अगे चलदा जहांगीर दा बड़ा खास वजीर सीगा अहलकार सी ते उहदा नाम सी वजीर खान ते वजीर खान साध संगत जी जदों लंघ वाहिगुरु उहनूं जलंधर दा रोग होया वेड़े विच उह अपनी हवेली विच लम्मे पिया हुंदा सी ते गुरु अर्जन साहब का एक सिख रोज़ लंघदा हुंदा सी
ਤੇ ਸਿੱਖ ਨੂੰ ਸੰਗ ਸਾਰ ਨਹੀਂ ਸੀ, ਉੱਚੀ ਉੱਚੀ ਲੰਘਦਾ ਲੰਘਦਾ ਬਾਣੀ ਪੜ੍ਹਦਾ ਹੁੰਦਾ ਸੀਗਾ। ਉਹਦੇ ਆਉਣ ਤੋਂ ਪਹਿਲਾਂ, ਇੱਕ ਮਿੰਟ ਪਹਿਲਾਂ ਬਾਣੀ ਦੀ ਆਵਾਜ਼ ਸ਼ੁਰੂ ਹੋ ਜਾਣੀ, ਅਤੇ ਜਾਂਦਿਆਂ ਜਾਂਦਿਆਂ ਇੱਕ ਮਿੰਟ ਬਾਅਦ ਤੱਕ ਵੀ ਬਾਣੀ ਦੀ ਆਵਾਜ਼ ਆਉਂਦੀ ਰਹਿਣੀ। ਉਹ ਦੋ ਕੁ ਮਿੰਟ ਵਜ਼ੀਰ ਖਾਂ ਦੇ ਕੰਨ ਵਿੱਚ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਦੀ ਆਵਾਜ਼ ਪੈਣੀ, ਵਜ਼ੀਰ ਖਾਂ ਨੂੰ ਆਪਣਾ ਦੁੱਖ ਭੁੱਲ ਜਾਂਦਾ ਸੀਗਾ ਜੀ, ਉਹਨੂੰ ਸੁੱਖ ਮਿਲਦਾ ਸੀਗਾ। ਮੇਰੇ ਕਹਿਣ ਦਾ ਭਾਵ ਹੈ, ਉਹ ਸਿੱਖ ਦਾ ਨਾਮ ਭਾਈ ਭਾਗੂ ਕਰਕੇ ਆਇਆ ਇਤਿਹਾਸ ਵਿੱਚ। ਇੱਧਰ ਭਾਈ ਜੋਧ ਜੀ ਨਾਮ ਹੈ, ਅਤੇ ਮੇਰੇ ਕਹਿਣ ਦਾ ਭਾਵ ਇਹ ਹੈ, ਵੇਖੋ ਸਿੱਖ ਕਿੰਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਪਿਆਰ ਕਰਦੇ ਆ, ਤੁਰਦੇ ਫਿਰਦੇ ਕੰਮ ਕਰਦੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੀ ਜਾਂਦੇ ਸਨ, ਅਤੇ ਪੜ੍ਹਦੇ ਪਿਆਰ ਨਾਲ ਹੁੰਦੇ ਸਨ। ਸੋ ਏਕ ਦਿਵਸ ਇੱਕ ਮਨ ਹੋਈ, ਏਕ ਦਿਵਸ ਮਹਿ ਇੱਕ ਮਨ ਹੋਈ, ਬਾਣੀ ਪੜ੍ਹੇ ਪ੍ਰੇਮ ਜੁੱਤ ਸੋਈ। ਕਹਿੰਦੇ ਇੱਕ ਦਿਨ ਭਾਈ ਜੋਧ ਜੀ ਇੱਕ ਮਨ ਇੱਕ ਚਿੱਤ ਹੋ ਕੇ ਬੋਲ ਬੋਲ ਕੇ ਬਾਣੀ ਪੜ੍ਹ ਰਹੇ ਸਨ। ਹਾਂਜੀ, ਸੁਣੇ ਸ਼ਬਦ ਸ਼੍ਰੀ ਲਹਿਣੇ ਜਬਹੀ, ਜਦੋਂ ਸ਼੍ਰੀ ਲਹਿਣਾ ਜੀ ਨੇ ਉਹਨਾਂ ਦੇ ਮੁਖੋਂ ਸ਼ਬਦ ਸੁਣੇ ਜੀ ਬਾਣੀ ਦੇ ਜੀ, ਹਾਂਜੀ, ਜਾਗਿਓ ਹਿਰਦੇ ਪ੍ਰੇਮ ਬਹੁ ਤਬਹੀ, ਤੇ ਸੁਣਨ ਵਾਲੇ ਦੇ ਮਨ ਵਿੱਚ ਵੀ ਪਿਆਰ ਜਾਗ ਪਿਆ ਜੀ, ਪਿਆਰ ਜਾਗ ਪਿਆ। ਹੁਣ ਬਾਣੀ ਬੰਦਾ ਪੜ੍ਹੇ ਪੜ੍ਹੇ ਤੇ ਚੱਜ ਨਾਲ ਜੀ, ਹਾਂਜੀ, ਪਿਆਰ ਨਾਲ ਬਾਣੀ ਪੜ੍ਹੇ, ਸੁਣਨ ਵਾਲੇ ਦੇ ਮਨ ਵਿੱਚ ਵੀ ਪਿਆਰ ਜਾਗੇਗਾ ਜੀ। ਹਾਂਜੀ, ਸਿੱਖ ਹਕਾਰਿਓ ਬੂਝਿਓ ਤਾਂ ਕੋ, ਤੇ ਫਿਰ ਭਾਈ ਲਹਿਣਾ ਜੀ ਨੇ ਉਸ ਸਿੱਖ ਨੂੰ ਬੁਲਾਇਆ, ਪੁੱਛਿਆ, ਹਾਂਜੀ, ਤੁਮ ਜੋ ਪੜ੍ਹਤ ਸ਼ਬਦ ਕਹੋ ਕਾ ਕੋ, ਕਹਿਣ ਲੱਗੇ ਭਾਈ ਪ੍ਰੇਮੀਆ ਆ ਜਿਹੜੀ ਤੂੰ ਬਾਣੀ ਪੜ੍ਹ ਰਿਹਾ ਸਾਂ, ਹਾਂਜੀ, ਸਿੱਖ ਕਹਿਓ ਗੁਰ ਨਾਨਕ ਮੇਰਾ, ਉਹ ਕਿਹਦੀ ਬਾਣੀ ਹੈ, ਉਹ ਕਿਹਦੀ ਬਾਣੀ ਹੈ, ਤੂੰ ਕਿਹਦਾ ਸਿੱਖ ਹੈ? ਅਤੇ ਭਾਈ ਜੋਧ ਜੀ ਨੇ ਦੱਸਿਆ ਲਹਿਣਾ ਜੀ ਨੂੰ, ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ। ਹਾਂਜੀ, ਪੜ੍ਹੋ ਸ਼ਬਦ ਤਿੰਨ ਕੋ ਮੈਂ ਚੇਰਾ, ਅਤੇ ਪੜ੍ਹੋ ਸ਼ਬਦ ਤਿੰਨ ਕੋ ਮੈਂ ਚੇਰਾ, ਮੈਂ ਉਹਨਾਂ ਦਾ ਚੇਲਾ ਹਾਂ, ਸਿੱਖ ਹਾਂ, ਅਤੇ ਉਹਨਾਂ ਦੀ ਬਾਣੀ ਪੜ੍ਹਦਾ, ਉਹਨਾਂ ਦੀ ਬਾਣੀ ਪੜ੍ਹਦਾ। ਹਾਂਜੀ, ਦੋਹਰਾ ਤਬ ਲਹਿਣੇ ਮਨ ਮੈਂ ਗਿਣੀ, ਜਿਸਕੇ ਐਸੇ ਬੈਨ, ਅਤੇ ਭਾਈ ਲਹਿਣਾ ਜੀ ਨੇ ਮਨ ਵਿੱਚ ਵਿਚਾਰ ਕੀਤੀ ਜੀ ਉਸ ਸਮੇਂ, ਹਾਂਜੀ, ਗੁਰੂ ਕਰੋ ਤਾਂ ਕੋ ਅਬੈ ਸੁਨਤ ਹੋਤ ਮਨ ਚੈਨ, ਜਿਹਦੀ ਬਾਣੀ ਪੜ੍ਹਿਆ ਹੀ ਮਨ ਨੂੰ ਸੁੱਖ ਮਿਲਦਾ, ਵਾਹਿਗੁਰੂ ਜਿੰਨੀ ਜਿਹਦੀ ਬਾਣੀ ਸੁਣਿਆ ਮਨ ਸ਼ਾਂਤ ਹੋਈ ਜਾਣਦਿਆ, ਮਨ ਵਿੱਚ ਸਬਰ ਸੰਤੋਖ ਆ ਰਿਹਾ, ਮਨ ਪ੍ਰੇਮ ਵਿੱਚ ਆ ਰਿਹਾ, ਉਹਨਾਂ ਨੂੰ ਮੈਂ ਆਪਣਾ ਗੁਰੂ ਬਣਾਵਾਂਗਾ। ਇਹਨਾਂ ਨੂੰ ਤਾਂ ਗੁਰੂ ਬਣਾਉਣਾ ਚਾਹੀਦਾ ਜਿਸ ਗੁਰੂ ਦੀ ਬਾਣੀ ਇਹ ਪੜ੍ਹ ਰਿਹਾ। ਹੁਣ ਪੂਰਬਲੀ ਕਮਾਈ ਹੈ, ਪਹਿਲੇ ਦਿਨ ਹੀ ਬਾਣੀ ਸੁਣੀ ਅਤੇ ਬਾਣੀ ਮਿੱਠੀ ਲੱਗ ਗਈ ਜੀ, ਬਾਣੀ ਚੰਗੀ ਲੱਗ ਗਈ ਜੀ, ਉੱਤੋਂ ਪੜ੍ਹਨ ਵਾਲੇ ਬੜੇ ਪਿਆਰ ਵਾਲੇ ਆ ਜੀ। ਹਾਂਜੀ, ਚੌਪਈ ਸੁਣਿਓ ਸਰਵਨ ਮਹਿ ਸੋ ਜਸ ਅਗਾਰੇ, ਅਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਤਾਰੀਫਾਂ ਅਤੇ ਅੱਗੇ ਵੀ ਬੜਿਆਂ ਕੋਲੋਂ ਸੁਣੀਆਂ ਸਨ। ਹਾਂਜੀ, ਸ਼੍ਰੀ ਨਾਨਕ ਹੈ ਗਿਆਨ ਉਦਾਰੇ, ਕੀ ਸੁਣਿਆ ਸੀ? ਵੀ ਗੁਰੂ ਨਾਨਕ ਸਾਹਿਬ ਤੇ ਬ੍ਰਹਮ ਗਿਆਨ ਦੇਣ ਵਾਲੇ ਹੈ, ਗਿਆਨ ਦੇ ਦਾਤੇ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ, ਹਮਰੇ ਗ੍ਰਾਮ ਪ੍ਰਵਿਰਤ ਨਾ ਆਹੀ, ਦਰਸ਼ਨ ਪਰਸ ਨਾ ਕੋ ਤਿੰਨ ਜਾਹੀ, ਅਤੇ ਇਹ ਲਹਿਣਾ ਜੀ ਨੂੰ ਪਤਾ ਸੀ ਵੀ ਮਹਾਰਾਜ ਕੁਝ ਹੈਗੇ ਹੈ, ਪਰ ਉਸ ਪਿੰਡ ਵਿੱਚੋਂ, ਪਿੰਡ ਵਿੱਚ ਮਹਾਰਾਜ ਕਦੀ ਆਏ ਨਹੀਂ ਸੀ, ਅਤੇ ਜੋਧ ਜੀ ਦਾ ਪਹਿਲੀ ਵਾਰੀ ਪਤਾ ਲੱਗਾ। ਹਾਂਜੀ, ਔਰ ਨਾ ਕਿਸ ਕੀ ਸੰਗਤ ਹੋਈ, ਮਤਲਬ ਅੱਗੇ ਕਦੀ ਕਿਸੇ ਸਿੱਖ ਦੀ ਸੰਗਤ ਨਹੀਂ ਸੀ ਹੋਈ ਉਹਨਾਂ ਨੂੰ। ਹਾਂਜੀ, ਜਾਂ ਤੇ ਪਿਖਾਓ ਜਾਏ ਗੁਰ ਸੋਈ, ਜਿਹਦੇ ਨਾਲ ਸਬੱਬ ਬਣਦਾ ਅਤੇ ਸ੍ਰੀ ਲਹਿਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਦਰਸ਼ਨ ਕਰਨ ਜਾਂਦੇ ਜੀ। ਹਾਂਜੀ, ਸੁਣਿਓ ਸ਼ਬਦ ਇਨ ਸਿੱਖ ਜੋ ਬਖਾਨਿਓ, ਹਾਂਜੀ,
दर्शन करो मन बहुर लुभानियो ते गज के आखो वाहे गुरु ते साध संगत जी सुनियो शब्द इन सिख जो बखानियो दर्श करो मन बहुर लुभानियो। फिर भाई लहणा जी ने साध संगत जी मन विच विचार कीती कि हुण मैनू दर्शन करन वास्ते जाना चाहिए। जिन्हां दी बाणी सुनी है, जिन्हां दा इन्ना जस सुनिया है, जिन्हां दी इन्नी तारीफ सुनी है, ऐसे सतगुरु जी दे दर्शन करन मैनू जाना चाहिदा है। इत्थों फिर फुरना बन गया ते साध संगत जी हुण श्री लहणा जी भाव धन धन सच्चे पातशाह श्री गुरु अंगद देव साहब अपने मन विच ओह समा उड़ीकण लग पे किहड़ा वेला होवे मैं गुरु नानक साहब दे दर्शन करां। हर रोज़ खिच जिहड़ी है ओह वधदी गई जी, खिच वधदी गई। क्यों? संस्कार पूर्वले ऐसे सन। सो बाणी प्रेम नाल पढ़ो ता कि तुहाडे मुखों बाणी सुन के दूजियां दे मन विच वी प्यार जागे। पर प्रेम नाल बाणी पढ़न वास्ते पहला अपने हिरदे विच प्रेम दा होना जरूरी है। प्रेम किवें वधेगा? प्रेम गुरु दी सेवा करके वधेगा। सिख सी जपजी साहब दा पाठ कर रहा ते साध संगत जी दूजा भाई जेड़ा है वह ताड़वी है, दिने बंदे लुटदा ते उन्हें भाई सिख भाई लखू दे मुखों जदों पाठ सुनिया ते आखिया सिखा जी तू बाणी पढ़ना मैनू भी उस गुरु को लै जा। दो वारी उहनू कह के जपजी साहब सुनिया भी मैनू फिर सुना, तेरी आवाज़ विच रस बड़ा, इस बाणी दा आनंद बड़ा। फिर उन्हें दो बार पाठ सुना के फिर गुरु अर्जन साहब महाराज को गए ते बाणी सुन सुन के मन इन्ना पवित्र हो गया। महाराज ने पूछया भाई तू कौन है? हाथ जोड़ के कहन लगे महाराज ताड़वी हाँ, लोगों नू लुटदा हाँ। ते 50% काम ते उदों बन जांदा जे जदों सिख अपना अवगुण सतगुरु दे सामने रख दे जी। ते 50% उदों बन जांदा जदों सिख गुरु अगे नीवा होके कह दे महाराज आ अवगुण है हुण किरपा करके दूर भी कर दिओ जी। तां कित्थों रंग लगा? दूजे सिखां कोलों बाणी सुन के रंग लगा। गुरबाणी सुनत मेरा मन द्रव्या, मन भीना निज घर आवै गो। सो सच्चे पातशाह गरीब नवाज कृपा करन बख्शिश करन। अगों फिर आपां कथा जिहड़ी है वह साध संगत जी कल नूं सरवण करांगे। भुलना चुकां दी खिमा बख्शिश करनी, दोवें हथ जोड़ के प्यार सत्कार नाल गज के फतेह बुलाओ जी। वाहेगुरु जी का खालसा, वाहेगुरु जी की फतेह।